ਜਿੰਦਾਬਾਦ ਜਿੰਦਾਬਾਦ ਸਾਰੇ ਮਜ਼ਦੂਰ ਦੇ ਅਜੀ ਦੁਕਾਨਦਾਰਾਂ ਦਾ ਰੋਸ ਜਿੰਦਾਬਾਦ ਜਿੰਦਾਬਾਦ ਆਪ ਦੀ ਇਕਨੋਮੀ ਤਬਾਹ ਹੋ ਗਈ ਹੈ ਸੰਗੀ ਢਾਂਚੇ ਤੇ ਬਹੁਤ ਨੁਕਸਾਨ ਹੋਇਆ ਹੈ ਸਿਕਹਾਰ ਖੋਏ ਜਾ ਰਹੇ ਸੂਬਿਆਂ ਦੇ ਇਹਨਾਂ ਸਾਰੇ ਮਸਲੇ ਨੂੰ ਲੈ ਕੇ ਅਸੀਂ ਬੈਠੇ ਹੋਏ ਆ ਤੇ ਇਹ ਅੰਦੋਲਨ ਸਾਡਾ 2 ਮਹੀਨੇ ਤੋਂ ਚੱਲ ਰਿਹਾ ਤੇ ਲਗਾਤਾਰ ਜਾਰੀ ਆ ਹਾਂ ਮਾਲ ਗੱਡੀਆਂ ਨੂੰ ਅਸੀਂ ਜਰੂਰ ਖੋਲ ਦਿੱਤੀ ਹੋਈ ਆ ਮਾਲ ਗੱਡੀਆਂ ਲੰਘ ਸਕਦੀਆਂ ਹੁਣ ਚਲੋ ਕਿਹੜੇ ਕਿਹੜੇ ਗੱਡੀਆਂ ਰੁਕੀ ਜਾਣਗੇ ਜੀ ਅਸੀਂ ਪੈਸੇਂਜਰ ਗੱਡੀਆਂ ਸਿਰਫ ਰੋਕਾਂਗੇ ਪਰ ਬਾਕੀ ਸੰਗਠਨ ਦੇ ਕਹਿ ਚੁੱਕੇ ਨੇ ਕਿ ਅਸੀਂ ਪੰਜਾਬ ਸਰਕਾਰ ਨੇ ਨਾਲਾਸੀ ਕੱਲੀ ਕਰਤੇ ਕਿ ਕਾਰਨ ਕੀ ਹੈ ਉਹ ਪੰਜਾਬ ਸਰਕਾਰ ਦੇ ਨਾਲ ਆ ਉਹ ਉਹਨਾਂ ਨੂੰ ਪਤਾ ਹੋਊਗਾ ਪੰਜਾਬ ਸਰਕਾਰ ਨੇ ਕੀ ਉਹਨਾਂ ਤੇ ਦਬਾਅ ਪਾਇਆ ਵਾ ਜਾਂ ਕੀ ਮਾਜਰਾ ਵਾ ਇਸ ਤਰ੍ਹਾਂ ਕੇਂਦਰ ਸਰਕਾਰ ਨੇ ਕੀ ਦਬਾਅ ਬਣਾਇਆ ਵਾ ਉਹ ਖੀੜੀ ਥੋੜੇ ਥੋੜੇ ਦਿਨਾਂ ਦੇ ਵਿੱਚ ਬਾਹਰ ਆ ਜਾਣੀਆਂ ਜੋ ਵੀ ਪੱਕ ਰਹੀ ਅੰਦਰ ਤੇ ਅਸੀਂ ਜੋ ਗਏ ਅਸੀਂ ਉਹਨਾਂ ਨਾਲ ਇਸ ਜਿਹੜੀ ਉਹ ਰੇਲ ਛੱਡ ਕੇ ਗਏ ਆ ਇਹਦੇ ਨਾਲ ਅਸੀਂ ਸਹਿਮਤੀ ਨਹੀਂ ਸਾਡੀ ਕੈਂਟਰ ਸਾਹਿਬ ਕਹਿ ਚੁੱਕੇ ਕਹਿ ਚੁੱਕੇ ਪੰਜਾਬ ਨੂੰ ਨੁਕਸਾਨ ਹੋ ਰਿਹਾ ਲੋਕਾਂ ਨੂੰ ਨੁਕਸਾਨ ਹੋ ਰਿਹਾ ਇਸਕੇ ਤੁਹਾਨੂੰ ਜਿੱਦ ਛੱਡਣੀ ਜੇ ਦੀ ਹੈ ਨਹੀਂ ਉਹ ਨਾ ਤਾਂ ਹੀ ਤੇ ਮਾਲ ਗੱਡੀਆਂ ਆਉਣ ਵਾਸਤੇ ਲਾਂਗਾ ਦਿੱਤਾ ਹੋਇਆ ਮਾਲ ਗੱਡੀਆਂ ਆਉਣ ਵਾਸਤੇ ਲਾਂਗਾ ਦਿੱਤਾ ਅਸੀਂ ਥੋੜੇ ਜੁਮੇਵਾਰ ਕੇਂਦਰ ਸਰਕਾਰ ਜੁਮੇਵਾਰ ਆ ਅਸੀਂ ਤਾਂ ਜੁਮੇਵਾਰ ਨਹੀਂ ਹੈਗੇ ਅਸੀਂ ਤਾਂ ਮਹੀਨੇ ਤੋਂ ਲਾਂਗਾ ਦਿੱਤਾ ਹੋਇਆ ਇਸ ਕਰਕੇ ਕੈਪਟਨ ਸਾਹਿਬ ਵੀ ਕੇਂਦਰ ਸਰਕਾਰ ਦੇ ਨਾਲ ਆ ਜੋ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਚੱਲ ਰਿਹਾ ਜੋ ਕੇਂਦਰ ਸਰਕਾਰ ਕਹਿ ਰਹੀ ਉੱਤੇ ਚੱਲ ਰਿਹਾ ਕਿਸਾਨਾਂ ਦੀ ਬਾਹ ਮਰੋੜ ਰਿਹਾ ਜਿਦੋਂ ਕਿ ਕੇਂਦਰ ਸਰਕਾਰ ਤੇ ਕੋਈ ਦਬਾਅ ਨਹੀਂ ਪਾ ਰਹੇ ਤੇ ਉਹ ਵੀ ਉਹਨਾਂ ਦਾ ਵੀ ਜਿਹੜਾ ਵਾ ਜਿਹੜਾ ਇਹ ਸੰਘਰਸ਼ ਨੇ ਨੰਗਾ ਕਰ ਦੇਣਾ ਵਾ ਤਨਦਰ ਪੰਜਾਬ ਸਰਕਾਰ ਦਾ ਰਵਈਆ ਫੇ ਤੁਹਾਡੇ ਖਿਲਾਫ ਹੀ ਹੈ ਹਾਂ ਪੰਜਾਬ ਸਰਕਾਰ ਦਾ ਰਵਈਆ ਬਿਲਕੁਲ ਸਾਡੇ ਖਿਲਾਫ ਤੇ ਕਦੋਂ ਤੱਕ ਸੰਘਰਸ਼ ਜਾਰੀ ਰਹੇਗਾ ਤੁਹਾਡੇ ਸਾਡਾ ਸੰਘਰਸ਼ ਜਾਰੀ ਰਹੂਗਾ ਕੇਂਦਰ ਸਰਕਾਰ ਦੇ ਖਿਲਾਫ ਸਾਡਾ ਸੰਘਰਸ਼ ਜਾਰੀ ਰਹੂਗਾ ਪੰਜਾਬ ਸਰਕਾਰ ਦੇ ਖਿਲਾਫ ਵੀ ਸਾਡਾ ਸੰਘਰਸ਼ ਜਾਰੀ ਰਹੂਗਾ ਤੇ ਕੇਂਦਰ ਸਰਕਾਰ ਦੇ ਜਿਹੜੇ ਜਿਹੜੇ ਆਰਡੀਨੈਂਸ ਨਹੀਂ ਵਾਪਸ ਹੁੰਦੇ ਜਿਹਨਾਂ ਚਿਰ ਕਿਸਾਨੀ ਕੀਤਾ ਜਿਹੜਾ ਉਹ ਉਹ ਉਹਦੀ ਜਿਹੜੀ ਤਬਾਹੀ ਨਹੀਂ ਰੁਕਦੀ ਉਹਨਾਂ ਚਿਰ ਤੱਕ ਸਾਡਾ ਸੰਘਰਸ਼ ਜਾਰੀ ਹੈ ਜੇ ਕੋਈ ਉਥੇ ਦੁਗੜਤਾਂ ਦੀ ਕੌਣ ਜ਼ਿੰਮੇਵਾਰੀ ਵਾਲੀ ਇਹਦਾ ਇਹਦੀ ਸਰਕਾਰ ਜ਼ਿੰਮੇਵਾਰ ਹੈ ਕੋਈ ਵੀ ਇਥੇ ਦੁਰਕੜਨਾ ਵਾਪਰਦੀ ਹੈ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਜਾਂ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਅਸੀਂ ਜ਼ਿੰਮੇਵਾਰ ਨਹੀਂ ਅਸੀਂ ਪਹਿਲਾਂ ਐਲਾਨ ਕੀਤਾ ਆਇਆ ਵੀ ਮਾਲ ਗੱਡੀਆਂ ਨੂੰ ਰੋਹ ਦਿੱਤਾ ਆਇਆ ਵਾ ਠੀਕ ਹੈ ਜਲਦੀ ਗੱਲ ਦੀ ਕਮੇਟੀ ਪੰਜਾਬ ਵੱਲੋਂ ਜਿਹੜਾ ਐਲਾਨ ਕੀਤਾ ਸੀਗਾ ਪਏ ਅਸੀਂ ਕੇਂਦਰ ਦੀ ਮੋਦੀ ਸਰਕਾਰ ਦੀ ਇੰਨੀ ਮੰਨਣੀ ਜਿਹੜੇ ਖੇਤੀ ਦੇ ਤਿੰਨ ਕਾਨੂੰਨ ਆ ਬਿਜਲੀ ਸੋਧ ਬੇਲਿਆ ਦਾਡਾ ਕਰੋੜਾ ਰੁਪਿਆ ਜੁਰਮਾਨਾ ਕਰਕੇ ਜਿਹੜਾ ਇਹ ਐਕਟ ਲਿਆਂਦਾ ਗਿਆ ਪੋਲੂਸ਼ਨ ਵਾਲਾ ਇਹਨਾਂ ਦੇ ਖਿਲਾਫ ਸਾਡੀ ਜੰਗ ਜਾਰੀ ਆ ਅਸੀਂ ਵੱਖ-ਵੱਖ ਟਾਈਮਾਂ ਤੇ ਵੱਖ-ਵੱਖ ਅੰਦੋਲਨ ਕੀਤੇ 7 ਸਤੰਬਰ ਤੋਂ ਜੇਲ੍ਹ ਪਰੋ ਮੋਰਚੇ ਤੇ ਆ 24 ਸਤੰਬਰ ਤੋਂ ਰੇਲ ਰੋਕੋ ਅੰਦੋਲਨ ਚ ਅੱਜ 26ਵੇਂ ਦਿਨ ਸਾਡਾ ਰੇਲ ਰੋਕੋ ਅੰਦੋਲਨ ਸ਼ਾਮਲ ਹੋ ਗਿਆ ਤੇ ਜਦੋਂ ਸਰਕਾਰ ਇਸ ਗੱਲ ਲਈ ਬੇਜਿੱਦ ਸੀ ਕੈਪਟਨ ਦੀ ਵੀ ਅਸੀਂ ਮੋਦੀ ਨਾਲ ਰਲ ਗਏ ਆ ਤੇ ਮੋਦੀ ਨਾਲ ਰਲ ਕੇ ਆਪਣੇ ਕੈਪਟਨ ਸਰਕਾਰ ਨੇ ਕੋ ਆਪਣੇ ਮਫਾਦ ਲੈਣ ਲਈ ਜਾ ਉਹਨਾਂ ਦੇ ਕੀ ਹਿੱਤ ਨੇ ਉਹ ਰਲੇ ਨੇ ਜਿਹੜੇ ਕਹਿੰਦੇ ਸੀ ਮੈਂ ਪਾਣੀਆਂ ਦਾ ਆਪਣਾ ਕਿਸਾਨਾਂ ਦਾ ਰਾਖਾ ਵਾ ਉਹਨਾਂ ਕੀ ਕੀਤਾ ਸੋ ਕਹਿੰਦੇ ਸੀ ਬਜਿੱਦ ਹੋ ਕੇ ਅਸੀਂ ਫੋਰਸ ਲਾ ਕੇ ਅਸੀਂ ਤੁਹਾਡੇ ਦੇ ਜ਼ਬਰ ਕਰਕੇ ਪੈਸੇਂਜਰ ਟ੍ਰੇਨਾਂ ਨਗਾਉਣੀਆਂ ਵਾ ਅਸੀਂ ਕਹੇ ਸੀ ਨਹੀਂ ਅਸੀਂ ਕੇਂਦਰ ਦੀ ਨਹੀਂ ਮੰਨੀ ਮੋਦੀ ਸਰਕਾਰ ਤੇ ਖੇਤੀ ਦੇ ਤਿੰਨ ਕਾਨੂੰਨ ਰੱਦ ਕਰਨ ਤੱਕ ਲੜਾਂਗੇ ਅੱਜ 3 ਵਜੇ ਦਾ ਜਦੋਂ ਸਾਨੂੰ ਲੱਗਾ ਵੀ ਜ਼ਬਰਦਸਤੀ ਫੋਰਸਾ ਲਾ ਕੇ ਇੱਕ ਨਾਕੇ ਬੰਦੀ ਬੈਰੀਗੇਟਿੰਗ ਕਰਕੇ ਤੇ ਸਾਡੇ ਧਰਨੇ ਨੂੰ ਖੜੇੜਨ ਦਾ ਸਾਨੂੰ ਜ਼ਬਰਦਸਤੀ ਗ੍ਰਿਫਤਾਰ ਕਰਨ ਦਾ ਇਤਿਹਾਕ ਸਾਰੇ ਹੱਲੇ ਕਰਨ ਦੇ ਬਾਵਜੂਦ ਫਿਰ ਅਸੀਂ 3 ਵਜੇ ਤੋਂ ਬਾਅਦ ਰੇਲ 트랙 ਤੇ ਬੈਠੇ ਹੋਏ ਹਾਂ ਤੇ ਰੇਲ 트랙 ਤੇ ਸਾਡਾ ਜਿਹੜਾ ਮੋਰਚਾ ਉਹ جاری ਆ ਜਿਹੜਾ ਕੈਪਟਨ ਮਨਿੰਦਰ ਸਿੰਘ ਨੇ ਰਾਤ ਕੀਤਾ ਸੀ ਭਾਵੇਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਹਿੱਤਾਂ ਦੇ ਵਿਰੁੱਧ ਚ ਆ ਅਸੀਂ ਕੈਪਟਨ ਸਾਹਿਬ ਨੂੰ ਪੁੱਛਣਾ ਚਾਹੁੰਦੇ ਹਾਂ ਵੀ ਉਹ ਬੰਦੇ ਕਿਵੇਂ ਹਿੱਤ 'ਚ ਹੋ ਸਕਦੇ ਆ ਉਹ ਕਾਂਗਰਸ ਜਾਂ ਕੈਪਟਨ ਮਨਿੰਦਰ ਜਿਹੜਾ ਗੁਟਕਾ ਸਾਫ ਤੇ ਸੌਂ ਖਾ ਕੇ ਅਜੇ ਤੱਕ ਨਸ਼ੇ ਬੰਦ ਨਹੀਂ ਕਰਦਾ ਹਜ਼ਾਰਾਂ ਮੁੰਡੇ ਮਾਵਾਂ ਦੇ ਹਜੇ ਵੀ ਮਰ ਰਹੇ ਨੇ 6 ਲੱਖ ਮੁੰਡਾ ਰੋਜ਼ ਉੱਠ ਕੇ ਨਸ਼ੇ ਦੀਆਂ ਗੋਲੀਆਂ ਲੈਣ ਜਾਂਦਾ ਕ੍ਰਾਈਮ ਵਾਰ ਕਿੰਨਾ ਚੱਲ ਰਿਹਾ ਆਪਣਾ 90000 ਕਰੋੜ ਰੁਪਇਆ ਕਰਜ਼ਾ ਮਾਫੀ ਦਾ ਵਾਅਦਾ ਕਰਕੇ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ ਇਹ ਕਿਹਾ ਗਿਆ ਸੀ ਵੀ ਅਸੀਂ ਰੇਤ ਮਾਫੀਆ ਟਰਾਂਸਪੋਰਟ ਮਾਫੀਆ ਕੇਵਲ ਮਾਫੀਆ ਖਤਮ ਕਰ ਦਾਂਗੇ ਉਹ ਹਜੇ ਤੱਕ ਖਤਮ ਨਹੀਂ ਹੋਇਆ ਸਾਰਾ ਕਹਿੰਦੇ ਸੀ ਭ੍ਰਸ਼ਟਾਚਾਰ ਖਤਮ ਕਰ ਦਾਂਗੇ ਇੱਥੋਂ ਤੱਕ ਗਨੇ ਦੇ ਬਕਾਇਆ ਨਹੀਂ ਦਿੱਤੇ ਜਾ ਸਕਦੇ ਸੋ ਇਹਦੋਂ ਗਾਹ ਕੈਪਟਨ ਮਨਿੰਦਰ ਸਿੰਘ ਦਸਨ ਵੀ ਜਿਹੜੇ ਇਹ ਖੇਤੀ ਦੇ ਤਿੰਨ ਕਾਨੂੰਨ ਆ ਰਹੇ ਆ ਜਿਹੜਾ ਵਿਸ਼ਵਪਾਰ ਸੰਸਥਾ ਵਾ ਕਿ ਉਹਨਾਂ ਦੀ ਕਾਂਗਰਸ ਪਾਰਟੀ ਨੇ 2013 ਵਿੱਚ ਉਦੋਂ ਦੇ ਵਣਜ ਮੰਤਰੀ ਨੰਦ ਸ਼ਰਮਾ ਉਹਨਾਂ ਸਾਈਨ ਨਹੀਂ ਕੀਤੇ ਕਾਂਗਰਸ ਪਾਰਟੀ ਇਸ ਨੀਤੀਆਂ ਵਾਸਤੇ ਜ਼ਿੰਮੇਵਾਰ ਨਹੀਂ ਅਸੀਂ ਪਹਿਲੋ ਕਹਿੰਦੇ ਰਹੇ ਹਾਂ ਕਿ ਕੈਪਟਨ ਮਨਿੰਦਰ ਜਦੋਂ ਆਹ ਧਾੜੀ ਲੜਾਈ ਹੋਈ ਇਹ ਉਹਨਾਂ ਨਾਲ ਜਾਊਗਾ ਇਹ ਇਹ 2022 ਚ ਕੈਪਟਨ ਸਾਹਿਬ ਲੋਕਾਂ ਫੈਸਲਾ ਕਰਨਾ ਕਾਂਗਰਸ ਅਲਗ-ਥਲਕ ਪਾਊਗੀ ਕੈਪਟਨ ਅਮਰਿੰਦਰ ਹਾਲਕਾ ਤੱਕ ਪਾਊਗਾ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਪੰਜਾਬ ਜਿਹਨੂੰ ਪੂਰੇ ਪੰਜਾਬ ਦੇ ਲੋਕ ਪਿਆਰ ਕਰਦੇ ਆ ਪੰਜਾਬ ਦੇ ਲੋਕ ਨਾਲ ਖੜੇ ਆ ਕਿਤੇ ਤੁਹਾਡਾ ਚਾਹ ਹੋਊ ਜਾਂ ਤੁਹਾਡੇ ਕੋਈ ਹਮਾਇਤਿਆਂ ਨੂੰ ਚਾਹ ਹੋਊ ਅਸੀਂ ਉਹਨਾਂ ਨੂੰ ਇਕੱਠ ਕਰਕੇ ਦਿਖਾ ਦਾਂਗੇ ਪਤਾ ਲੱਗ ਜੂ ਅੱਜ ਵੀ ਪੰਜਾਬ ਕਿਹਨਾਂ ਦੇ ਨਾਲ ਖੜਾ ਵਾ ਸੋ ਹਲਕਥਲਕ ਕੌਣ ਪੈਂਦੇ ਆ ਜੇ ਅਸੀਂ ਕੈਪਟਨ ਮਨਿੰਦਰ ਸਿੰਘ ਤੇਰੇ ਨਾਲ ਰਲ ਕੇ ਤੇਰੀ ਬੋਲੀ ਬੋਲੀਏ ਜੇ ਅਸੀਂ ਤੇਰ ਨਾਲ ਰਲ ਕੇ ਤੇਰੇ ਵਰਗੇ ਫੈਸਲੇ ਕਰੀਏ ਫਿਰ ਅਸੀਂ ਪੰਜਾਬ ਦੇ ਹਿੱਤਾਂ ਜਿਹਾ ਜੇ ਅਸੀਂ ਕਿਸਾਨ ਮਜ਼ਦੂਰ ਲਹਿਰ ਪੰਜਾਬੀ ਤੇ ਦੇਸ਼ ਦੇ ਕਾਨੂੰਨ ਰੱਦ ਕਰਨ ਵਾਸਤੇ ਫੈਸਲੇ ਕਰੀਏ ਫਿਰ ਅਸੀਂ ਪੰਜਾਬ ਦੇ ਵਿਰੋਧੀਆਂ ਇਹ ਲੋਕ ਫੈਸਲਾ ਕਰਨਗੇ ਪੰਜਾਬ ਤੇ ਕਿਉਂਕਿ ਕੇਂਦਰ ਸਰਕਾਰ ਨੇ ਚਾਰ ਚੱਲੀ ਵੀ ਪੰਜਾਬ ਦੀ ਆਰਥਿਕ ਨਾਕੇਬੰਦੀ ਕਰਨੀ ਆ ਤੇ ਜਿਹੜੀਆਂ ਇਹਨਾਂ ਦੀਆਂ ਕਮਜ਼ੋਰੀਆਂ ਵਾਂ ਉਹਨਾਂ ਨੂੰ ਹਥਿਆਰ ਬਣਾ ਕੇ ਵਰਤਣਾ ਵਾ ਇਹ ਗੱਲਾਂ ਸ਼ਹਿਰੀਆਂ ਨੂੰ ਪਤਾ ਵਾ ਇਹ ਗੱਲਾਂ ਵਪਾਰੀਆਂ ਨੂੰ ਪਤਾ ਵਾ ਇਹ ਗੱਲਾਂ ਸਾਰਿਆਂ ਤਬਕਿਆਂ ਨੂੰ ਪਤਾ ਵਾ ਕੈਪਟਨ ਅਮਰਿੰਦਰ ਪੰਜਾਬ ਦੇ ਨਾਲ ਖਲੋਂਦੀ ਬਜਾਏ 6700 ਕਰੋੜ ਰੁਪਇਆ ਐਰਕੀਟ ਮਾਰਕੀਟ ਕਮੇਟੀ ਤੋਂ ਵੱਧ ਟੈਕਸ ਪ੍ਰਾਪਤ ਹੋਇਆ ਉਹਦੇ ਵਿੱਚੋਂ 42 ਕਰੋੜ ਰੁਪਇਆ ਖਰਚ ਕੇ ਟਰੱਕਾਂ ਦੀ ਸਪਲਾਈ ਕਰਨ ਤੋਂ ਬਾਅਦ ਭੱਜ ਗਿਆ ਇੱਥੋਂ ਤੱਕ ਵੀ ਜਿਹੜੇ ਕਿਸਾਨ ਹੁਣ ਖਾਦਾਂ ਲੈ ਆਏ ਨੇ ਉਹਨਾਂ ਦੀਆਂ ਆਉਂਦਿਆਂ ਤੇ ਪਰਚੇ ਕੈਪਟਨ ਮਨਿੰਦਰ ਦੀ ਸਰਕਾਰ ਕਰ ਰਹੀ ਆ ਸੋ ਕੈਪਟਨ ਸਾਹਿਬ ਤੁਸੀਂ ਪਹਿਲੋ ਸ਼ੁਰੂ ਕਰ ਦਿੱਤਾ ਇਹ ਅੰਦੋਲਨ ਫਿਕਰ ਨਾ ਕਰਿਓ ਥੋਡੀ ਜੋ ਕੁਝ ਤੁਸੀਂ ਕਰ ਰਹੇ ਜੇ ਇਸ ਵੇਲੇ ਸਾਡਾ ਧਿਆਨ ਮੋਦੀ ਸਰਕਾਰ ਨਾਲ ਆ ਤੁਹਾਡਾ ਮੂੰਹ ਤੋੜਵਾ ਜਵਾਬ ਦੇਾਂਗੇ ਤੁਹਾਡੀਆਂ ਫੋਰਸਾਂ ਤੋਂ ਤੁਹਾਡੀਆਂ ਗਿੱਦੜ ਧਮਕੀਆਂ ਤੋਂ ਜਾਂ ਤੁਹਾਡੀਆਂ ਮੀਟਿੰਗਾਂ ਲਈ ਲਲਕੜੀਆਂ ਨਹੀਂ ਘਟਦੇ ਦਾ ਤੁਹਾਡੇ ਤਲਵੇ ਚਟਨੇ ਅਸੀਂ ਅਸੀਂ ਪੰਜਾਬ ਦੇ ਲੋਕਾਂ ਨਾਲ ਖੜਾਂਗੇ ਔਰ ਖੇਤੀ ਦੇ ਕਿੰਤ ਨੂੰ ਤਿੰਨ ਕਾਨੂੰਨ ਤੱਕ ਅੰਦ ਕਰਾਉਣ ਤੱਕ ਅਸੀਂ ਲੜਾਂਗੇ ਸੋ ਮੇਰੀ ਪੰਜਾਬ ਦੇ ਅੰਮ੍ਰਿਤਸਰ ਤਰਨਤਾਰਨ ਦੇ ਬਹਾਦਰ ਆਗੂਆਂ ਨੂੰ ਬੇਨਤੀ ਆ ਕਿ ਜੋ ਉਹਨਾਂ ਨੂੰ ਪ੍ਰੋਗਰਾਮ ਦਿੱਤਾ ਗਿਆ ਤਗੜੇ ਹੋ ਕੇ ਸਿਰੇ ਲਾਉਣ ਤੇ ਕੈਪਟਨ ਤੇ ਕੈਪਟਨ ਦੇ ਜਿਹੜੇ ਜੜੀਆਂ ਹੁਕਮਰਾਨ ਫੋਰਸਾਂ ਨੇ ਉਹਨਾਂ ਦਾ ਮੂੰਹ ਤੋੜ ਅਸੀਂ ਜਵਾਬ ਦੇਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ